ਤੁਹਾਡੀ ਵੀਡੀਓ ਬਣਾਈ ਹੈ ਤੇ ਕੀ ਫੀਲ ਕੀਤਾ ਜੇ? ਮੈਂ ਹਜੇ ਵੇਖੀ ਨਹੀਂ ਵੀਡੀਓ। ਇਹ ਜੇ ਕਾਮ ਜਿੱਦਣ ਕਾਮਯਾਬ ਹੋ ਗਏ ਨਾ ਤੇ ਇਹ ਵੀਡੀਓ ਮੈਂ ਜ਼ਰੂਰ ਦੱਸਾਂਗਾ ਲੋਕਾਂ ਨੂੰ। ਰਾਤ ਦੇ ਦੋ ਦੋ ਤਿੰਨ ਤਿੰਨ ਵਜੇ ਅਸੀਂ ਫਿਰ ਰਹੇ ਹਾਂ।
ਯਾ ਗੌਸਲ ਆਜ਼ਮ ਦਸਤਗੀਰ। ਸਲਾਮ ਅਲੈਕੁਮ ਨਾਜ਼ਰੀਨ, ਅੱਜ ਸਭ ਤੋਂ ਪਹਿਲੇ ਮੈਂ ਤਮਾਮ ਫੈਜ਼ ਬਾਹੂ ਯੂਟਿਊਬ ਚੈਨਲ ਦੇ ਜਿੰਨੇ ਵੀ ਵਿਊਵਰਸ ਨੇ ਇਹਨਾਂ ਦਾ ਮੈਂ ਸ਼ੁਕਰਗੁਜ਼ਾਰ ਹਾਂ। ਅੱਜ ਅਸੀਂ ਕੇਕ ਕੱਟ ਰਹੇ ਹਾਂ ਇਸ ਖੁਸ਼ੀ ਵਿੱਚ ਕਿ ਅੱਜ ਸਾਡੇ ਚੈਨਲ ਫੈਜ਼ ਬਾਹੂ ਯੂਟਿਊਬ ਨੂੰ ਪੂਰਾ ਸਾਲ ਹੋ ਗਿਆ, ਅਤੇ ਮੈਂ ਆਪਣੇ ਤਮਾਮ ਦੋਸਤਾਂ ਨੂੰ, ਤਮਾਮ ਸਬਾਬ ਨੇ ਜਿਹੜੇ, ਮੈਂ ਉਹਨਾਂ ਦਾ ਸ਼ੁਕਰੀਆ ਅਦਾ ਕਰਨਾ ਜਿਹੜੇ ਇਸ ਫੈਜ਼ ਬਾਹੂ ਚੈਨਲ ਨੂੰ ਦੇਖ ਰਹੇ ਨੇ, ਇੰਤਹਾ ਤੋਂ ਜ਼ਿਆਦਾ ਪਸੰਦ ਕਰ ਰਹੇ ਨੇ। ਇਸੇ ਤਰ੍ਹਾਂ ਤੁਹਾਡੀ ਮੁਹੱਬਤ ਦੇ ਨਾਲ ਅਸੀਂ ਅੱਗੇ ਇਸ ਚੈਨਲ ਨੂੰ ਲੈ ਕੇ ਚੱਲਾਂਗੇ, ਔਰ ਤੁਹਾਡੇ ਤੱਕ ਅਸੀਂ ਹਜ਼ਰਤ ਸੁਲਤਾਨਪੁਰ ਸਰਕਾਰ ਦੇ ਜਿੰਨੇ ਵੀ ਰੈਵਲੈਂਟ ਚੀਜ਼ਾਂ ਨੇ, ਮਤਲਬ ਉਹਨਾਂ 'ਤੇ ਡਾਕੂਮੈਂਟਰੀ, ਬਾਇਓਗ੍ਰਾਫੀ ਅਸੀਂ ਤੁਹਾਡੀ ਖਿਦਮਤ ਦੇ ਵਿੱਚ ਪੇਸ਼ ਕਰਾਂਗੇ, ਔਰ ਤਮਾਮ ਜਿੰਨੀਆਂ ਵੀ ਬੁੱਕਸ ਨੇ ਸੁਲਤਾਨ ਸਾਹਿਬ ਦੀਆਂ, ਇਹ ਹਜ਼ਰਤ ਸੁਲਤਾਨਪੁਰ ਸਰਕਾਰ ਦੀਆਂ 100 ਤੋਂ ਜ਼ਾਇਦ ਕਿਤਾਬਾਂ ਨੇ ਜਿਹੜੀਆਂ ਕਿ ਫਾਰਸੀ ਦੇ ਵਿੱਚ ਨੇ, ਔਰ ਇੱਕ ਜਿਹੜੀ ਕਿਤਾਬ ਹੈ ਅਭਿਆਤੇ ਬਾਹੂ ਉਹ ਪੰਜਾਬੀ ਦੇ ਵਿੱਚ ਹੈ। ਅਸੀਂ ਇਨਸ਼ਾਅੱਲਾ ਅੱਗੇ ਜਿਹੜਾ ਅਭਿਆਤੇ ਬਾਹੂ ਨੂੰ ਵੀ ਅਸੀਂ ਤੁਹਾਡੇ ਤੱਕ ਪੇਸ਼ ਕਰਾਂਗੇ, ਔਰ ਜਿੰਨਾ ਵੀ ਇਲਮ ਹੈ ਸੁਲਤਾਨ ਸਾਹਿਬ ਦਾ, ਜਿੱਥੋਂ ਜਿੱਥੋਂ ਤੱਕ ਸਾਡੀ ਰਸਾਈ ਹੋਏਗੀ, ਅਸੀਂ ਉਹ ਓਰਿਜਨਲ ਚੀਜ਼ਾਂ, ਓਰਿਜਨਲ ਇਹਨਾਂ ਦੇ ਹਕਾਇਕ ਜਿਹੜੇ ਨੇ ਉਹ ਤੁਹਾਡੇ ਤੱਕ ਪਹੁੰਚਾਵਾਂਗੇ। ਜਿਹੜੇ ਅੱਜ ਤੱਕ ਆਪਣੀ ਟੀਮ ਦਾ ਬਹੁਤ ਮਸ਼ਕੂਰ ਹਾਂ, ਜਿਹੜੇ ਮੇਰੇ ਨਾਲ ਹੈਲਪ ਆਊਟ ਕਰਦੇ ਨੇ, ਕੈਮਰਾਮੈਨ, ਐਡੀਟਰ, ਤਮਾਮ ਦੋਸਤਾਂ ਦਾ ਜਿਹੜਾ ਉਹ ਮੈਂ ਸ਼ੁਕਰੀਆ ਅਦਾ ਕਰਨਾ, ਔਰ ਇਹ ਮੇਰੇ ਦੋਸਤ ਜਿਹੜੇ ਤਸ਼ਰੀਫ ਲਿਆਏ ਨੇ ਇਹਨਾਂ ਦਾ ਵੀ ਬਹੁਤ ਸ਼ੁਕਰੀਆ, ਇਸ ਚੈਨਲ ਨੂੰ ਭਰਪੂਰ ਮੁਹੱਬਤ ਨਾਲ ਦੇਖਦੇ ਨੇ, ਇਹਨਾਂ ਦੇ ਵਿੱਚ ਮੇਰੀ ਟੀਮ ਵੀ ਹੈ, ਅਤੇ ਮੈਂ ਇਹਨਾਂ ਸਭ ਦਾ ਸ਼ੁਕਰੀਆ ਅਦਾ ਕਰਨਾ। ਅਤੇ ਅਸੀਂ ਬਿਸਮਿਲ੍ਲਾ ਕਰਨੇ ਹਾਂ, ਕੇਕ ਕੱਟਣੇ ਆ ਜਨਾਬ। ਲਓ ਜੀ ਆਸਫ ਬਾਈ, ਹੋ ਜੀ, ਲਓ ਜੀ, ਚਲੋ ਜੀ, ਚਲੋ। ਮਾਲਕ ਤੇਰੀ ਮਿਹਰਬਾਨੀ ਔਰ ਬਰਕਤ ਦੇ ਨਾਲ ਅਸੀਂ ਇੱਥੋਂ ਤੱਕ ਪਹੁੰਚੇ ਹਾਂ, ਜਿਹੜਾ ਫੈਜ਼ ਬਾਹੂ ਚੈਨਲ ਨੂੰ ਦੇਖ ਰਹੇ ਨੇ ਪਾਕਿਸਤਾਨ ਔਰ ਪਾਕਿਸਤਾਨ ਤੋਂ ਬਾਹਰ। ਅਤੇ ਮੇਰੀ ਅੱਲਾ ਬਾਦਸ਼ਾਹ ਸੁਲਤਾਨ ਅੱਗੇ ਗੁਜ਼ਾਰਿਸ਼ ਹੈ ਕਿ ਇਹਨਾਂ ਸਭ ਦੀਆਂ ਜੋ ਵੀ ਆਸਾਂ ਮੁਰਾਦਾਂ ਨੇ ਮਾਲਕ ਪੂਰੀਆਂ ਕਰੇ, ਔਰ ਮੈਂ ਜਿੰਨੇ ਮੇਰੇ ਵਿਊਵਰਸ ਨੇ ਮੈਂ ਉਹਨਾਂ ਦੀ ਮੁਹੱਬਤ ਦਾ ਬੇ ਇੰਤਹਾ ਸ਼ੁਕਰਗੁਜ਼ਾਰ ਹਾਂ ਕਿ ਉਹ ਇਸ ਚੈਨਲ ਨੂੰ ਬੜੀ ਮੁਹੱਬਤ ਦੇ ਨਾਲ ਦੇਖਦੇ ਨੇ, ਔਰ ਇਹਨੂੰ ਲਾਈਕ ਕਰਦੇ ਨੇ, ਪਸੰਦ ਕਰਦੇ ਨੇ, ਸ਼ੇਅਰ ਕਰਦੇ ਨੇ, ਕਮੈਂਟਸ ਕਰਦੇ ਨੇ। ਗੁਜ਼ਾਰ ਹਾਂ ਮਾਲਕ ਇਹਨਾਂ ਸਭ ਦੀ ਇੱਜ਼ਤ 'ਚ ਇਜ਼ਾਫਾ ਦੇ, ਇਹਨਾਂ ਦੀਆਂ ਜੋ ਵੀ ਦੁੱਖ ਤਕਲੀਫ ਨੇ ਉਹ ਦੂਰ ਫਰਮਾ, ਔਰ ਸਾਨੂੰ ਵੀ ਤਫੀਕ ਦੇ ਕੇ ਅਸੀਂ ਜਿਹੜੀ ਅਸਲ ਗੱਲ ਹੈ, ਜਿਹੜੀ ਹਕਾਇਕ 'ਤੇ ਮਬਨੀ ਹੈ, ਉਹ ਇਸ ਮਖਲੂਕ ਤੱਕ ਅਸੀਂ ਪਹੁੰਚਾਈਏ, ਤਾਂ ਕਿ ਇਹ ਲੋਕ ਵੀ ਬਾਦਸ਼ਾਹ ਸਾਹਿਬ ਦੇ ਫੈਜ਼ ਤੋਂ ਫੈਜ਼ਯਾਬ ਹੋਣ। ਮੈਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਨਾ ਤਮਾਮ ਦਾ। ਅੱਲਾਹੁਮ ਸੱਲੇ ਅਲਾ ਸੈਯਦਨਾ ਮੌਲਾਨਾ ਮੁਹੰਮਦ ਵਅਲਾ ਸੈਯਦਨਾ ਮੌਲਾਨਾ ਮੁਹੰਮਦ ਵਬਾਰਿਕ ਵਸੱਲਮ। ਆਮੀਨ ਸੁਮਾ ਆਮੀਨ। ਫੈਜ਼ ਬਾਹੂ।